ਹਾਂਜੀ ਵੀ ਦੋਸਤੋ, ਸਵਾਗਤ ਹੈ ਜੀ ਤੁਹਾਡਾ ਸਾਰੇ ਭਰਾਵਾਂ ਦਾ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਜੀ। ਆਪਾਂ ਸੇਲ ਲਈ ਬਾਈ ਜੀ ਟਰਾਲੀ ਲੈ ਕੇ ਆਏ ਹਾਂ 12:30 ਦੀ ਡਬਲ ਟੈਰੀ। ਕੀ ਰੇਟ ਹੈ, ਕਿੱਥੇ ਖੜੀ ਹੈ ਇਹ, ਫੋਨ ਨੰਬਰ ਵਗੈਰਾ ਆਪਾਂ ਸਾਰਾ ਕੁਝ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦੱਸਾਂਗੇ ਜੀ। ਤੁਸੀਂ ਵੀਡੀਓ ਨੂੰ ਪੂਰਾ ਜ਼ਰੂਰ ਦੇਖ ਲਿਓ ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਮੇਰਾ ਭਰਾ। ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਹੜੇ ਭਰਾ ਵੀਡੀਓ ਆਪਣੀ ਯੂਟਿਊਬ 'ਤੇ ਦੇਖ ਰਹੇ ਨੇ ਜੀ, ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਜਿਹੜੇ ਮੇਰੇ ਵੀਰ ਵੀਡੀਓ ਆਪਣੀ ਫੇਸਬੁੱਕ 'ਤੇ ਦੇਖ ਰਹੇ ਨੇ, ਪੇਜ ਨੂੰ ਫੋਲੋ ਜ਼ਰੂਰ ਕਰ ਲਿਓ। ਨੰਬਰ ਆਪਣੇ ਚੈਨਲ ਦਾ ਸਕਰੀਨ 'ਤੇ ਚੱਲ ਰਿਹਾ ਵਾ, ਇਸ ਨੰਬਰ 'ਤੇ ਤੁਸੀਂ ਆਪਣੇ ਸਾਧਨ ਦੀਆਂ 5-7 ਫੋਟੋਆਂ ਅਤੇ 2 ਮਿੰਟ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਜੀ ਐਡ ਕਰਵਾਉਣ ਦੇ ਲਈ। ਹੁਣ ਆਪਾਂ ਗੱਲ ਕਰਾਂਗੇ ਜੀ ਇਸ ਟਰਾਲੀ ਬਾਰੇ। ਤਾਂ ਇਹ ਟਰਾਲੀ ਬਾਈ ਜੀ 12 ਫੁੱਟ ਲੰਬੀ, 6.5 ਫੁੱਟ ਚੌੜੀ ਆ, ਡਬਲ ਟਾਇਰੀ ਟਰਾਲੀ ਹੈ ਜੀ, ਇਹ ਜੈੱਕ ਵਾਲੀ ਟਰਾਲੀ ਹੈ। 28 ਕੁਇੰਟਲ ਟਰਾਲੀ ਦਾ ਵੇਟ ਹੈਗਾ ਜੀ, ਬਾਕੀ ਰੰਗ ਪੇਂਟ ਸਾਰਾ ਨਵਾਂ ਹੀ ਕੀਤਾ ਹੋਇਆ। ਜੇ ਆਪਾਂ ਟਾਇਰਾਂ ਦੀ ਗੱਲ ਕਰੀਏ ਤਾਂ ਡਬਲ ਟਾਇਰੀ ਹੈ ਇਹ, ਅਤੇ ਚਾਰੋਂ ਟਾਇਰ ਹੈ ਜਿਹੜੇ ਬਿਲਕੁਲ ਬ੍ਰੈਂਡ ਨਿਊ ਕੰਡੀਸ਼ਨ ਦੇ ਵਿੱਚ ਹੈ ਜੀ, MRF ਕੰਪਨੀ ਦੇ ਟਰਾਲੀ ਦੇ ਟਾਇਰ ਨੇ। 28 ਕੁਇੰਟਲ ਟਰਾਲੀ ਦਾ ਵੇਟ ਹੈ, ਨਵੇਂ ਟਾਇਰ ਨੇ ਚਾਰੋਂ MRF ਕੰਪਨੀ ਦੇ। 12 ਫੁੱਟ ਲੰਬੀ, 6.5 ਫੁੱਟ ਚੌੜੀ ਟਰਾਲੀ ਹੈ ਇਹ। ਜੇ ਆਪਾਂ ਰੇਟ ਦੀ ਗੱਲ ਕਰੀਏ ਤਾਂ ਮਾਲਕ ਵੀਰ ਵੱਲੋਂ ਟਰਾਲੀ ਦਾ ਬਾਈ ਜੀ ਰੇਟ ਰੱਖਿਆ ਗਿਆ 2,35,000 ਰੁਪਈਆ। ਰੇਟ ਮੌਕੇ 'ਤੇ ਘੱਟ ਹੋ ਜੂਗਾ ਜੀ, ਕੋਈ ਫਿਕਸ ਨਹੀਂ ਰੇਟ। ਅਤੇ ਇਹ ਜਿਹੜੀ ਟਰਾਲੀ ਹੈ ਬਾਈ ਜੀ, ਇਹ ਮੋਗਾ ਏਰੀਏ ਦੇ ਵਿੱਚ ਸੇਲ ਲਈ ਹੈ। ਜੇ ਕਿਸੇ ਭਰਾ ਨੇ ਟਰਾਲੀ ਖਰੀਦਣੀ ਹੋਵੇ, ਮਾਲਕ ਵੀਰ ਦਾ ਫੋਨ ਨੰਬਰ ਵੀਡੀਓ ਦੇ ਟਾਈਟਲ ਦੇ ਵਿੱਚ ਦਿੱਤਾ ਹੋਇਆ ਜੀ, ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਇਸ ਨੂੰ ਖਰੀਦ ਸਕਦੇ ਹੋ। ਬਾਕੀ ਵੀਡੀਓ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ। ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।